ਕੋਈ ਮਜ਼ਦੂਰੀ ਨਹੀਂ ਕਰਾਈ ਜਾ ਰਹੀ, ਮੈਂ ਖੁਦ ਨਾਲ ਕਰ ਰਹੀ ਹਾਂ, ਮੈਂ ਪਾਣੀ ਪੀਣ ਗਈ ਹਾਂ। ਬੱਚੇ ਬਾਥਰੂਮ ਆਏ, ਸਾਡੇ ਸਕੂਲ 'ਚ ਬਾਥਰੂਮ ਹੈ ਨਹੀਂ ਗਾ। ਇੱਥੇ ਬੱਚੇ ਕਿਹੜੇ ਬੱਚਿਆਂ ਦਾ ਮੈਨੂੰ ਪਤਾ ਨਹੀਂ, ਵੋਟਾਂ ਪੈਣੀਆਂ। ਇੱਥੇ ਇੱਟ ਰੂੜਾ ਕੋਈ ਨਹੀਂ, ਬਾਹਰ ਹੋਣਾ ਚਾਹੀਦਾ, ਮੈਂ ਖੁਦ ਆਪ ਸੁੱਟ ਰਹੀ। ਭਾਵੇਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਮੁੱਢਲੀ ਤਲੀਮ ਹਾਸਲ ਕਰਨ ਵਾਲੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੂੰ ਸਹੂਲਤਾਂ ਤਾਂ ਦੂਰ, ਸਗੋਂ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਕਰਕੇ ਉਹਨਾਂ ਪਾਸੋਂ ਸਕੂਲ ਵਿੱਚ ਮਜ਼ਦੂਰਾਂ ਦਾ ਕੰਮ ਲੈ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਨਜ਼ਦੀਕੀ ਕਸਬਾ ਨਸ਼ਹਿਰਾ ਪਨੂਆ ਚੌਧਰੀ ਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਮਿਲੀ, ਜਿੱਥੇ ਹੈੱਡ ਟੀਚਰ ਦਵਿੰਦਰ ਕੌਰ ਵੱਲੋਂ ਕਥਿਤ ਤੌਰ 'ਤੇ ਪਿਛਲੇ 3-4 ਦਿਨਾਂ ਤੋਂ ਸਕੂਲ ਦੇ ਬੱਚਿਆਂ ਪਾਸੋਂ ਇੱਟਾਂ ਦੀ ਢੋਆ ਢੁਆਈ ਦਾ ਕੰਮ ਕਰਵਾਇਆ ਜਾ ਰਿਹਾ ਸੀ, ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਰਨ ਤਾਰਨ ਦੇ ਸ਼ਹਿਰੀ ਸਕੱਤਰ ਕਾਮਰੇਡ ਹੀਰਾ ਸਿੰਘ ਕੰਡਿਆਂਵਾਲਾ ਨੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਹੈੱਡ ਟੀਚਰ ਨੂੰ ਤੁਰੰਤ ਸਸਪੈਂਡ ਕਰਕੇ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਦੇ ਇੱਟਾਂ ਦੀ ਢੋਆ ਢੁਆਈ ਕਰਨ ਦੇ ਦ੍ਰਿਸ਼ ਨੂੰ ਸਾਡੇ ਪੱਤਰਕਾਰ ਵੱਲੋਂ ਕੈਮਰੇ ਵਿੱਚ ਕੈਦ ਕਰ ਲਿਆ ਗਿਆ ਤਾਂ ਹੈੱਡ ਟੀਚਰ ਨੇ ਬੱਚਿਆਂ ਨੂੰ ਤੁਰੰਤ ਭਜਾ ਕੇ ਕਹੀ ਖੁਦ ਆਪਣੇ ਹੱਥ ਵਿੱਚ ਫੜ ਲਈ ਅਤੇ ਕਹਿਣ ਲੱਗੀ ਕਿ ਸਕੂਲ ਦੇ ਇਹ ਪੁਰਾਣੇ ਖਸਤਾ ਹਾਲਤ ਬਾਥਰੂਮ ਉਸਨੇ ਖੁਦ ਹੀ ਢਾਏ ਹਨ ਅਤੇ ਖੁਦ ਹੀ ਇੱਟਾਂ ਚੁੱਕ ਕੇ ਦੂਸਰੇ ਪਾਸੇ ਰੱਖੀਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਹੈੱਡ ਟੀਚਰ ਨੇ ਕਿਹਾ ਕਿ ਚੋਣ ਜਾਬਤਾ ਲੱਗਾ ਹੋਣ ਕਾਰਨ ਸਰਕਾਰ ਵੱਲੋਂ ਮਜ਼ਦੂਰੀ ਵਾਸਤੇ ਪੈਸੇ ਨਾ ਦਿੱਤੇ ਜਾਣ ਕਾਰਨ ਉਹ ਖੁਦ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਮਜ਼ਦੂਰੀ ਦਾ ਕੰਮ ਕਰ ਰਹੀ ਹੈ ਅਤੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰ ਰਹੀ ਹੈ। ਉਸਨੇ ਸਪਸ਼ਟ ਕੀਤਾ ਕਿ ਇਸ ਪਾਸੇ ਬੱਚੇ ਇੱਟਾਂ ਢੋਣ ਵਾਸਤੇ ਨਹੀਂ ਬਲਕਿ ਬਾਥਰੂਮ ਕਰਨ ਵਾਸਤੇ ਆਏ ਸਨ। ਗੌਰਤਲਬ ਹੈ ਕਿ ਜਿਸ ਜਗ੍ਹਾ 'ਤੇ ਬੱਚੇ ਇੱਟਾਂ ਢੋ ਰਹੇ ਸਨ ਉਹ ਜਗ੍ਹਾ ਬਹੁਤ ਗੰਦੀ ਅਤੇ ਘਾਹ ਫੂਸ ਵਾਲੀ ਹੋਣ ਕਾਰਨ ਉੱਥੇ ਜ਼ਹਿਰੀਲੇ ਜਾਨਵਰ ਹੋਣ ਦਾ ਵੀ ਖਦਸ਼ਾ ਹੈ। ਹੈੱਡ ਟੀਚਰ ਨੂੰ ਜਦੋਂ ਪੁੱਛਿਆ ਕਿ ਇਤਨੀ ਗਰਮੀ ਵਿੱਚ ਇੱਟਾਂ ਢੋਂਦੇ ਸਮੇਂ ਅਗਰ ਕੋਈ ਬੱਚਾ ਡਿੱਗ ਪਵੇ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ, ਤਾਂ ਹੈੱਡ ਟੀਚਰ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ਅਤੇ ਬਾਅਦ ਵਿੱਚ ਸਕੂਲ ਦੇ ਟੀਚਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੱਸਣ ਤੋਂ ਕੰਨੀ ਕਤਰਾਉਂਦਿਆਂ ਕਿਹਾ ਕਿ ਇਸ ਸਵਾਲ ਦਾ ਜਵਾਬ ਜ਼ਿਲ੍ਹਾ ਸਿੱਖਿਆ ਅਫਸਰ ਪਾਸੋਂ ਪੁੱਛਿਆ ਜਾਵੇ। ਇਸ ਸੰਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਕਵਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਮੀਟਿੰਗ ਚੱਲ ਰਹੀ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ। ਕਾਮਰੇਡ ਹੀਰਾ ਸਿੰਘ ਨੇ ਕਿਹਾ ਕਿ ਉਹ RTI ਐਕਟ ਤਹਿਤ ਜਾਣਕਾਰੀ ਪ੍ਰਾਪਤ ਕਰਨ ਤੋਂ ਸਕੂਲ ਦੀ ਹੈੱਡ ਟੀਚਰ ਵਿਰੁੱਧ ਮੋਰਚਾ ਖੋਲ੍ਹਣਗੇ। ਤਰਨ ਤਾਰਨ ਤੋਂ ਗੁਰਪ੍ਰੀਤ ਭਗਤ ਦੀ ਰਿਪੋਰਟ। ਕੋਈ ਮਜ਼ਦੂਰੀ ਨਹੀਂ ਕਰਾਈ ਜਾ ਰਹੀ, ਮੈਂ ਖੁਦ ਨਾਲ ਕਰ ਰਹੀ ਹਾਂ, ਮੈਂ ਪਾਣੀ ਪੀਣ ਗਈ ਹਾਂ। ਮਜ਼ਦੂਰੀ ਕੋਈ ਬੱਚਾ ਨਹੀਂ ਕਰਦਾ, ਮੈਂ ਖੁਦ ਆਪ ਕੀਤਾ, ਜਿਹੜੇ ਜਿੰਨਾ ਵੀ ਕੰਮ ਕੀਤਾ। ਬੱਚੇ ਬਾਥਰੂਮ ਆਏ ਸਾਡੇ ਸਕੂਲ 'ਚ ਬਾਥਰੂਮ ਹੈ ਨਹੀਂ ਗਾ। ਬੱਚੇ ਉੱਥੇ ਬਾਥਰੂਮ ਕਰਨ ਆਏ ਜਿੱਥੇ ਤੁਸੀਂ ਉਹਨਾਂ ਨੂੰ ਕਹਿੰਦੇ ਜੇ, ਉੱਥੇ ਹੀ ਬਾਥਰੂਮ ਕਰਦੇ ਆ ਉਹ ਲੜਕੇ, ਉੱਥੇ ਕਰਦੇ, ਲੜਕੀਆਂ ਅੰਦਰ ਕਰਦੀਆਂ, ਕਈ ਮੈਂ ਆਪ ਚਲਾਉਂਦੀ ਗਈ ਹਾਂ। ਮੈਂ ਪਾਣੀ ਪੀਣ ਗਈ, ਮੈਨੂੰ ਤੇਲ ਲੱਗੀ ਸੀ। ਹਾਂ, ਕਿਹੜੀਆਂ ਇੱਟਾਂ? ਖੁਦ ਮੈਂ ਆਪ ਸੁੱਟੀਆਂ ਸਾਰੀਆਂ ਅੰਦਰ। ਹਾਂ, ਇੱਥੇ ਬੱਚੇ ਕਿਹੜੇ ਬੱਚਿਆਂ ਦਾ ਮੈਨੂੰ ਪਤਾ ਨਹੀਂ, ਵੋਟਾਂ ਪੈਣੀਆਂ। ਇੱਕ ਮਿੰਟ ਬੇਟਾ ਜੀ, ਮੇਰੀ ਗੱਲ ਸੁਣੋ, ਵੋਟਾਂ ਪੈਣੀਆਂ। ਇੱਥੇ ਇੱਟ ਰੂੜਾ ਕੋਈ ਨਹੀਂ, ਬਾਹਰ ਹੋਣਾ ਚਾਹੀਦਾ, ਮੈਂ ਖੁਦ ਆਪ ਸੁੱਟ ਰਹੀ ਹਾਂ, ਮੈਂ ਆਪ ਸਫਾਈ ਕਰ ਰਹੀ ਹਾਂ, ਕਰਾ ਨਹੀਂ ਰਹੀ, ਮੈਂ ਕਰ ਰਹੀ, ਖੁਦ ਕਰ ਰਹੀ ਹਾਂ ਮੈਂ ਸਫਾਈ। ਹਾਂ, ਬੱਚੇ ਮਤਲਬ ਉੱਥੇ ਬਾਥਰੂਮ ਕਰਦੇ ਆ ਜੀ? ਕਿੱਥੇ, ਬਿਲਕੁਲ ਕੰਧੇ ਨਾਲ ਕਰਦੇ ਸਾਰੇ। ਲੜਕਿਆਂ ਦਾ ਬਾਥਰੂਮ ਨਹੀਂ ਹੈਗਾ, ਲੜਕੀਆਂ ਦਾ ਹੈਗਾ।
ਹਾਂ ਲੜਕੇ ਉੱਥੇ ਕਾਂਦੇ ਨਾਲ ਹੀ। ਜਿਹੜੀ ਤੁਸੀਂ ਇਹ ਗੱਲ ਦੱਸੀ ਆ ਵੀ ਮਜ਼ਦੂਰੀ ਜਿਹੜੀ ਆ ਉਹ ਬੱਚਿਆਂ ਕੋਲੋਂ ਕਰਾ ਰਹੀ ਜਦੋਂ ਉਹਨਾਂ ਦਾ ਪੜ੍ਹਾਈ ਦਾ ਟਾਈਮ ਆ, ਜਿਹੜੀ ਕਿ ਸਰਕਾਰ ਉਹ ਬਾਲ ਮਜ਼ਦੂਰੀ 'ਤੇ ਬੰਦ ਕਰ ਰਹੀ ਆ, ਪਰ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਬੱਚਿਆਂ ਕੋਲੋਂ ਕੰਮ ਕਰਾਉਣਾ, ਇੱਟਾਂ ਚੁਕਾਉਣੀਆਂ ਬੱਚਿਆਂ ਕੋਲੋਂ, ਇਹ ਇੱਕ ਗੈਰ ਕਾਨੂੰਨੀ ਆ। ਇਹ ਕੋਈ ਸੰਵਿਧਾਨ ਨਹੀਂ ਕਹਿੰਦਾ ਵੀ ਬੱਚਿਆਂ ਨਿੱਕੇ ਨਿੱਕੇ ਬੱਚਿਆਂ ਕੋਲੋਂ ਸਰਕਾਰੀ ਸਕੂਲਾਂ ਦੇ ਵਿੱਚ ਇੱਟਾਂ ਚੁਕਾਈਆਂ ਜਾਣ ਅਤੇ ਉਹਨਾਂ ਕੋਲ ਰਖਵਾਈਆਂ ਜਾਣ। ਅਤੇ ਜਿਨ੍ਹਾਂ ਨੇ ਟੀਚਰਾਂ ਨੇ ਇਹ ਇੱਟਾਂ ਰਖਵਾਈਆਂ ਜਾਂ ਕੀਤੀਆਂ ਵਾ, ਉਹਦੇ ਵਾਸਤੇ ਜਿਹੜਾ ਵਾ ਇਹ ਸਰਕਾਰ ਨੂੰ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਵਾ। ਅਤੇ ਜਿਹੜੀ ਬੱਚੇ ਦੀ ਪੜ੍ਹਾਈ ਖਰਾਬ ਇਹਨਾਂ ਜਾਣ ਬੁੱਝ ਕੇ ਕੀਤੀ ਆ, ਉੱਥੇ ਵੀ ਵਿਚਾਰ ਕਰਨਾ ਚਾਹੀਦਾ ਵਾ। ਗਵਰਨਮੈਂਟ ਸਾਹਿਬ, ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਬੱਚੇ ਜੇ ਕੁਝ ਹੋ ਜਾਂਦਾ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਜੇ ਇੰਨੀ ਗਰਮੀ ਵਿੱਚ ਬੱਚਿਆਂ ਕੋਲੋਂ ਜੇ ਕੰਮ ਕਰਵਾਇਆ ਜਾਂਦਾ ਵਾ, ਉਹਦਾ ਜ਼ਿੰਮੇਵਾਰ ਜਿਹੜਾ ਵਾ ਉਹ ਸਕੂਲ ਪ੍ਰਸ਼ਾਸਨ ਆ, ਉਹਦਾ ਪ੍ਰਿੰਸੀਪਲ ਆ, ਜਾਂ ਜਿਹੜੇ ਟੀਚਰ ਕੰਮ ਕਰਵਾ ਰਹੇ ਉਹ ਆ, ਜਾਂ ਜਿਹੜਾ ਜ਼ਿਲ੍ਹੇ ਦਾ DO ਆ ਉਹਦਾ ਜ਼ਿੰਮੇਵਾਰ ਵਾ। ਉਹ ਇਹਦਾ ਜਵਾਬ ਦੇ ਆ ਵੀ ਉਹ ਜਵਾਬ ਦੇਵੇ ਵੀ ਇਹ ਕੰਮ ਕਿਉਂ ਕਰਵਾਇਆ ਜਾ ਰਿਹਾ, ਇਹ ਚੋਣਾਂ ਕਰਕੇ ਸਫਾਈ ਕਰਵਾਈ ਜਾ ਰਹੀ ਆ ਜਾਂ ਉਸ ਤਰ੍ਹਾਂ ਜੋ ਵੀ ਕੰਮ ਕਰਵਾਇਆ ਜਾ ਰਿਹਾ, ਕਿਹੜੇ ਵਜ੍ਹਾ ਨਾਲ ਕਰਵਾਇਆ ਜਾ ਰਿਹਾ ਬੱਚਿਆਂ ਕੋਲੋਂ ਕੰਮ, ਉਹਦਾ ਜਿਹੜਾ ਵਾ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਇਹ 'ਤੇ ਇਨਕੁਆਇਰੀ ਜਿਹੜੀ ਆ ਕਰਨੀ ਸਰਕਾਰ ਦੀ ਬਣਦੀ ਆ।